ਦੋ ਜਾਂ ਤਿੰਨ ਸਾਲ ਤੋਂ ਮੈਨੂੰ ਇੱਕ ਇਸ਼ੂ ਚੱਲ ਰਿਹਾ ਸੀਗਾ, ਥੋੜ੍ਹਾ ਹਰਨੀਆ ਦਾ ਮੇਰਾ ਪ੍ਰੋਬਲਮ ਸੀਗਾ। ਮੈਂ ਕਾਫੀ ਸਾਰੇ ਹੋਸਪਿਟਲਸ ਵਿੱਚ ਇਸ ਚੀਜ਼ ਦੇ ਰਿਗਾਰਡਿੰਗ ਵਿਜ਼ਿਟ ਵੀ ਕੀਤਾ, ਅਤੇ ਕਿਉਂਕਿ ਮੇਰਾ ਆਫਿਸ ਰੂਟੀਨ ਥੋੜ੍ਹਾ ਜਿਹਾ ਹੈਕਟਿਕ ਹੈ, ਅਤੇ ਇਸ ਲਈ ਫਿਰ ਮੈਂ ਸਟਾਰ ਹੋਸਪਿਟਲ ਵਿਜ਼ਿਟ ਕੀਤਾ। ਡਾਕਟਰ ਜਸਵੀਤ ਅਲਵਾਲੇ ਤੋਂ ਮੇਰੀ ਸਰਜਰੀ ਹੋਈ ਹੈ, ਅਤੇ ਸਰਜਰੀ ਲੈਪਰੋਸਕੋਪੀ ਦੇ ਥਰੂ ਹੋਈ ਹੈ, ਕਿਉਂਕਿ ਮੇਰਾ ਨਾਮ ਪਰਵੀਨ ਸੰਧੂ ਹੈ, ਮੈਂ ਜਲੰਧਰ ਨੂੰ ਬਿਲੋਂਗ ਕਰਦਾ ਹੈ। ਦੋ ਜਾਂ ਤਿੰਨ ਸਾਲ ਤੋਂ ਮੈਨੂੰ ਇੱਕ ਇਸ਼ੂ ਚੱਲ ਰਿਹਾ ਸੀਗਾ, ਥੋੜ੍ਹਾ ਹਰਨੀਆ ਦਾ ਮੇਰਾ ਪ੍ਰੋਬਲਮ ਸੀਗਾ, ਐਂਗਲ ਹਰਨੀਆ ਦਾ। ਮੈਂ ਕਾਫੀ ਸਾਰੇ ਹੋਸਪਿਟਲਸ ਵਿੱਚ ਇਸ ਚੀਜ਼ ਦੇ ਰਿਗਾਰਡਿੰਗ ਵਿਜ਼ਿਟ ਵੀ ਕੀਤਾ। ਮੇਰਾ ਆਫਿਸ ਰੂਟੀਨ ਥੋੜ੍ਹਾ ਜਿਹਾ ਹੈਕਟਿਕ ਹੈ, ਮੈਨੂੰ ਟਰੈਵਲ ਵੀ ਕਰਨਾ ਪੈਂਦਾ ਹੈ, ਅਤੇ ਟਰੈਵਲਿੰਗ ਦੇ ਦੌਰਾਨ ਵੀ ਥੋੜ੍ਹਾ ਮਾੜਾ ਮੈਨੂੰ ਇਸ਼ੂ ਆ ਰਿਹਾ ਸੀਗਾ, ਅਤੇ ਇਸ ਲਈ ਫਿਰ ਮੈਂ ਸਰਜਰੀ ਜਿਹੜੀ ਸੀ, ਕਿਉਂਕਿ ਇਨਵੈਟੇਬਲ ਸੀ, ਸਰਜਰੀ ਹੋਣਾ ਹੀ ਹੋਣਾ ਸੀਗਾ। ਰੈਫਰੈਂਸ ਦੇ ਥਰੂ ਮੈਨੂੰ ਵੀ ਪਤਾ ਲੱਗਿਆ ਸੀਗਾ, ਅਤੇ ਡਾਕਟਰ ਸਾਹਿਬ ਨੂੰ ਮੈਂ ਪਹਿਲੇ ਪੁਰਾਣਾ ਵੀ ਇਸ ਚੀਜ਼ ਦਾ ਮੈਨੂੰ ਪਤਾ ਹੈ ਕਿ ਕਾਫੀ ਪੁਰਾਣੇ ਸਰਜਨ ਨੇ, ਅਤੇ ਇਸ ਲਈ ਫਿਰ ਮੈਂ ਸਟਾਰ ਹੋਸਪਿਟਲ ਵਿਜ਼ਿਟ ਕੀਤਾ। ਡਾਕਟਰ ਜਸਵੀਤ ਅਲਵਾਲੇ ਤੋਂ ਮੇਰੀ ਸਰਜਰੀ ਹੋਈ ਹੈ, ਅਤੇ ਸਰਜਰੀ ਲੈਪਰੋਸਕੋਪਿਕ ਦੇ ਥਰੂ ਹੋਈ ਹੈ। ਹਰਨੀਆ ਸੀਗਾ, ਥੋੜ੍ਹਾ ਸਾਈਜ਼ ਬੜਾ ਸੀਗਾ, ਬਟ ਫਿਰ ਵੀ ਲੈਪਰੋਸਕੋਪਿਕ ਦੇ ਥਰੂ ਹੋਇਆ ਅਤੇ ਸਕਸੈਸਫੁਲ ਹੋਇਆ ਸਰਜਰੀ। ਐਸ ਸੱਚ ਜਿਹੜਾ ਸਟਾਫ ਹੈ ਉਹ ਵੀ ਬਹੁਤ ਹੈਲਪਫੁਲ ਹੈ, ਅਤੇ ਸਰਜਰੀ ਵੀ ਸਕਸੈਸਫੁਲ ਹੋਈ ਹੈ। ਅਤੇ ਮੇਨ ਜਿਹੜਾ ਹੁੰਦਾ ਕਿ ਡਾਕਟਰ ਜਿਹੜਾ ਹੁੰਦਾ ਨਾ, ਅਗਰ ਤੁਹਾਨੂੰ ਇਸ ਚੀਜ਼ ਦਾ ਵਿਸ਼ਵਾਸ ਹੈ ਕਿ ਯੂ ਆਰ ਇਨ ਦਾ ਸੇਫ ਹੈਂਡਸ, ਤਾਂ ਉਹਨਾਂ ਫਿਰ ਬੰਦੇ ਦੀ ਰਿਕਵਰੀ ਥੋੜ੍ਹਾ ਜ਼ਿਆਦਾ ਹੋ ਜਾਂਦੀ ਹੈ। ਅਤੇ ਇਸ ਚੀਜ਼ ਵਿੱਚ ਮੈਨੂੰ ਪਤਾ ਸੀਗਾ ਡਾਕਟਰ ਆਲੂਵਾਲੀਆ ਨੂੰ ਮੈਂ ਪਹਿਲੇ ਹੀ ਜਾਂਦਾ ਸੀਗਾ, ਅਤੇ ਇਸ ਲਈ ਮੈਨੂੰ ਕੋਈ ਚੀਜ਼ ਦਾ ਨੋਸ਼ਨ ਨਹੀਂ ਸੀਗਾ ਕਿ ਕੋਈ ਡਰ ਨਹੀਂ ਸੀਗਾ ਕਿ ਹਾਂਜੀ ਕੁਛ ਐਸਾ ਗਿਆ, ਕੁਛ ਮੇਰੇ ਨਾਲ ਕੋਈ ਨੈਗੇਟਿਵ ਹੋ ਜਾਏ, ਕੁਛ ਐਸਾ ਨਹੀਂ। ਆਈ ਵੈਂਟ ਫੋਰ ਦਾ ਸਰਜਰੀ, ਦ ਸਰਜਰੀ ਵੈਂਟ ਸਕਸੈਸਫੁਲ ਵੀ, ਕਿ ਮੈਂ ਹੁਣ ਫਿਰ ਦੁਬਾਰਾ ਤੋਂ ਆਪਣੇ ਨੋਰਮਲ ਰੂਟੀਨ ਨੂੰ ਅੱਗੇ ਫਿਰ ਦੁਬਾਰਾ ਤੋਂ ਕੈਰੀ ਓਨ ਕਰ ਸਕਦਾ।